संगत आखिए सतनाम श्री वाहे गुरु साहिब जी। सतनाम श्री वाहे गुरु साहिब जी। चौपाई हम तो लोड फते की आई। दीना बेग सिंघा नु कहिंदा सिंघो सानू तो फते चाहिदी सी, फते तो मिल गई है। सो अब हमको तुम गुर दई। सानू गुरु साहिब जी ने फते दिती है, तुसी भी गुरु दा शुकराना करो ते असी भी करते हां। सिंघ मान तही पै खड़े। सियाणे सिंघा ने गल मान लई ते उत्थे खलो गए, भाव दुश्मन दी भज्जी जांदी फौज दा पिछा नहीं कीता। दुरानी नठ जा डेरन वड़े। जेड़े दुरानी सन अबदाली दी फौज अपने डेरियां जा लुकी है। तो लग पर गई थी तह रात। तेने नु नेरा पै गया, रात पै गई। ऐसी पई तां की बात। इस तरह दा उत्थे वर्तारा वर्त्या, इवें होया सी। गए दुरानी अपने डेरे। दुरानी अपने डेरियां जा लुके। सब नट चले रखे को केरे केरे। उना कोलों फिर उत्थे खलोना मुश्किल हो गया ते नठ गए फिर ओ। दोहरा सिंह जो हुशियार थे गै जो गिलजन गैल। जदों रात नूं गिलजे दौड़न लगे, हुशियार सिंह जिहड़े फुरतीले सिंह सन उन्हां ने आखिया जे इदां इह दुश्मन भज के चला गया जलंधर च वड़ेगा ते जलंधर च जाके फिर आकी हो जाणगे, असला इन्हां दे कोल होवेगा, क्यों ना आपां इन्हां दा इत्थे ही समाप्ति कर दईए। ओह रात अद्धी रात नूं सिंघां दे जिहड़े फुरतीले सिंह सन लड़ाके सिंह सन ਉਹ ਘੋੜਿਆਂ ਤੇ ਚੜ ਕੇ ਅਬਦਾਲੀ ਦੀ ਫੌਜ ਦੇ ਪਿੱਛੇ ਪੈ ਗਏ। ਡਟਨ ਪਏ ਉਹਨ ਦੇਖ ਕੇ ਲੂਟ ਕਰੀ ਉਹਨ ਸੈਲ। ਜਦੋਂ ਸਿੰਘਾਂ ਨੇ ਦੇਖਿਆ ਵੀ ਇਹ ਤਾਂ ਡੇਰਾ ਕੂਚ ਕਰਕੇ ਜਾ ਰਹੇ ਰਾਤੋ ਰਾਤ, ਭਾਵੇਂ ਡਰਦੇ ਹੀ ਜਾ ਰਹੇ ਹੈ, ਪਰ ਜੇ ਜਲੰਧਰ 'ਚ ਵੜਨਗੇ ਤੇ ਇਹਨਾਂ ਕੋਲ ਅਸਲਾ ਹੋਏਗਾ ਤੇ ਫਿਰ ਸਾਨੂੰ ਜਲੰਧਰ 'ਚ ਵੜਨ ਦੀ ਦਿੱਕਤ ਹੋਵੇਗੀ। ਵਾਰ ਵਾਰ ਇਹਨਾਂ ਦਾ ਕੰਮ ਸਾਫ਼ ਕਰੀਏ। ਸਿੰਘਾਂ ਨੇ ਜਾ ਕੇ ਉਹਨਾਂ ਦੇ ਘੋੜੇ ਖੋਹ ਲਏ, ਸ਼ਸਤਰ ਖੋਹ ਲਏ। ਚੌਪਈ ਅੱਧੀ ਰਾਤ ਚਾਂਦਨੀ ਪਈ। ਅੱਧੀ ਰਾਤ ਔਰ ਚਾਨਣੀ ਰਾਤ ਸੀਗੀ, ਚੰਦਰਮਾ ਚੜਿਆ ਹੋਇਆ ਸੀ। ਸਿੰਘਾਂ ਡੇਰੇ ਖਬਰੋ ਆਈ। ਸਿੰਘਾਂ ਦੇ ਡੇਰੇ 'ਚ ਖਬਰ ਆਈ, ਕਿਉਂਕਿ ਦੋਵਾਂ ਪਾਸਿਆਂ ਤੋਂ ਸੂਈਏ ਤਾਂ ਫਿਰਦੇ ਹੀ ਹੁੰਦੇ ਫੌਜ ਦੇ ਵਿੱਚ। ਸਿੰਘਾਂ ਨੂੰ ਪਤਾ ਲੱਗਾ। ਸਿੰਘ ਨਗਾਰੇ ਦੈ ਬਜਾਏ। ਸਿੰਘਾਂ ਨੇ ਅੱਧੀ ਰਾਤ ਨੂੰ ਨਗਾਰੇ ਚੋਭਾਂ ਲਾ ਤੀਆਂ, ਚਾਲੇ ਪਾ ਤੇ। ਉਹ ਜੋ ਲਿਓ ਸਿੰਘ ਲੁਟਾਏ। ਉਹ ਜੋ ਸਿੰਘਾਂ ਨੇ ਜਾਂਦੀ ਹੋਈ ਫੌਜ ਅਬਦਾਲੀ ਦੀ, ਜਿਹੜੀ ਨਾਸਰ ਅਲੀ ਦੀ ਫੌਜ ਸੀ ਜਲੰਧਰ ਦੀ, ਉਹ ਲੁੱਟ ਲਈ। ਜਿਨੇ ਲੱਭੀ ਸੋ ਤਿੰਨ ਹੀ ਲਈ। ਜੋ ਜੋ ਸਮਾਨ ਸਿੰਘਾਂ ਨੂੰ ਲੱਭਿਆ ਉਹ ਸਿੰਘਾਂ ਨੇ ਲੁੱਟ ਲਿਆ। ਕਿਸੇ ਨੂੰ ਘੋੜਾ ਲੱਭ ਗਿਆ, ਕਿਸੇ ਨੂੰ ਕੋਈ ਸ਼ਸਤਰ, ਕਿਸੇ ਨੂੰ ਕੋਈ ਸਮਾਨ ਦੁਸ਼ਮਣ ਦਾ, ਸਭ ਖੋਹ ਲਿਆ। ਤਿੰਨ ਪੀ ਭੂਖ ਬਹੁਤ ਭੱਜ ਗਈ। ਜਿਹੜੇ ਕੜਾਕੇ ਸਨ ਸਿੰਘਾਂ ਦੇ ਕਈ ਮਹੀਨਿਆਂ ਤੋਂ ਚੱਲ ਰਹੇ ਸਨ, ਉਹ ਵੀ ਦੂਰ ਹੋ ਗਏ। ਨਵਾਬ ਡੇਰੇ ਯੂੰ ਤੈ ਕਹਾਏ। ਔਰ ਸਿੰਘਾਂ ਨੇ ਦੀਨਾ ਬੇਗ ਨੂੰ ਡੇਰੇ ਚ ਸੁਨੇਹਾ ਭੇਜ ਦਿੱਤਾ ਸੀ। ਕਉ ਤੁਮਾਰੋ ਲੁੱਟਣ ਨਾ ਜਾਏ। ਲੁੱਟ ਮਾਰ ਸਾਡੀ ਆ, ਤੇਰੀ ਕੋਈ ਫੌਜ ਦਾ ਬੰਦਾ ਲੁੱਟਣ ਗਿਆ ਤੇ ਅਸੀਂ ਉਹਨੂੰ ਵੀ ਸੋਧ ਦਿਆਂਗੇ। ਸਿੰਘ ਲੈਣਗੇ ਸਾਥੇ ਲੂਟ। ਜੇ ਕੋਈ ਤੇਰੀ ਫੌਜ ਦਾ ਬੰਦਾ ਪਠਾਣਾ ਨੂੰ ਲੁੱਟਣ ਜਾਏਗਾ ਤੇ ਅਸੀਂ ਉਸ ਬੰਦੇ ਨੂੰ ਵੀ ਲੁੱਟ ਲਵਾਂਗੇ। ਔਰ ਦੇਂਗੇ ਸਿਰ ਪੀ ਕੂਟ। ਜੇ ਕੋਈ ਗੜਬੜ ਕਰੋਗੇ ਤੇ ਤੁਹਾਨੂੰ ਵੀ ਝਟਕ ਦਿਆਂਗੇ, ਤੁਹਾਡਾ ਵੀ ਸਿਰ ਲਾ ਦਿਆਂਗੇ। ਇਨਕੀ ਚੀਜ਼ ਸਭ ਸਿੰਘਾਂ ਲਈ। ਦੀਨਾ ਬੇਗ ਨੂੰ ਤਾਂ ਸੀਗਾ ਵੀ ਜਿਵੇਂ ਕਿਵੇਂ ਸਿੱਖ ਮੇਰੇ ਨਾਲ ਸੁਲਹ ਹੀ ਰੱਖਣ ਤੇ ਜਲੰਧਰ ਦਾ ਮੈਂ ਇੱਕ ਵਾਰੀ ਸੂਬੇਦਾਰ ਬਣ ਜਾਵਾਂ, ਤੇ ਉਸਨੇ ਕੋਈ ਗੜਬੜ ਨਹੀਂ ਕੀਤੀ। ਸਿੰਘਾਂ ਨੇ ਪਠਾਣਾ ਦਾ ਸਾਰਾ ਸਮਾਨ ਖੋਹ ਲਿਆ। ਡੇਰੇ ਤੋਂ ਸੋ ਫੂਕ ਬੁਝਈ। ਔਰ ਸਾਧ ਸੰਗਤ ਜੀ ਜਿਹੜਾ ਤੁਰਕਾਂ ਦਾ ਪਠਾਣਾ ਦਾ ਡੇਰਾ ਸੀਗਾ, ਉਹ ਸਾਰਾ ਇੱਕ ਤਰ੍ਹਾਂ ਨਾਲ ਸਿੰਘਾਂ ਨੇ ਫਤਿਹ ਕਰ ਲਿਆ। ਦੋਹਰਾ ਸਿਰ ਬੁਲੰਦ ਜਦ ਨੱਠ ਤੁਰਿਓ ਰਹਿਤੀ ਅੱਧੀ ਰਾਤ। ਸਰ ਬੁਲੰਦ ਖਾਨ ਅੱਧੀ ਰਾਤ ਨੂੰ ਜਲੰਧਰੋਂ ਜਦੋਂ ਦੌੜਿਆ, ਪਾਰ ਪਰਦਾਰੀ ਸਭ ਰਹੀ ਪਈ ਜਲੰਧਰ ਪ੍ਰਪਾਤ। ਸਾਧ ਸੰਗਤ ਜੀ ਉਹਦੇ ਕੋਲ ਜਿਹੜਾ ਗੱਡਿਆਂ ਦਾ ਸਮੋ ਸੀ ਨਾ, ਗੱਡੇ ਸਨ ਭਾਰ ਬਰਦਾਰੀ, ਉਹ ਵੀ ਨਹੀਂ ਲਿਜਾ ਸਕਿਆ। ਭਾਵ ਜਦੋਂ ਸਿੰਘ ਜੋ ਆ ਕੇ ਪੈ ਗਏ ਅਕਾਲ ਅਕਾਲ ਕਰਦੇ ਅੱਧੀ ਰਾਤ ਨੂੰ, ਅਤੇ ਜਿਹੜਾ ਭਾਰ ਬਰਦਾਰੀ ਦਾ ਸਮਾਨ ਸੀ, ਗੱਡੇ ਗੁੱਡੇ ਸਨ, ਉਹ ਸਾਰੇ ਰਹਿ ਗਏ, ਅਤੇ ਸਰਬਲੰਦ ਖਾਨ ਦੀ ਫੌਜ ਬਸ ਆਪਣੀ ਜਾਨਾਂ ਬਚਾ ਕੇ ਮਸੀ ਦੌੜੀ ਹੈ। ਚੌਪਈ ਜਾਏ ਜਲੰਧਰ ਰਹਿਓ ਨਾ ਘੜੀ। ਉਹ ਜਲੰਧਰ ਗਿਆ, ਪਰ ਜਲੰਧਰ ਜਾ ਕੇ ਉਹਨੇ ਦੇਖਿਆ ਵੀ ਮੈਂ ਇੱਥੇ ਕੀ ਕਰਾਂਗਾ, ਇੱਥੇ ਮੇਰੇ ਕੋਲ ਕੋਈ ਅਸਲਾ ਨਹੀਂ, ਕੋਈ ਕਿਲਾ ਨਹੀਂ, ਹਥਿਆਰ ਨਹੀਂ, ਜੇ ਸਿੱਖ ਪਿੱਛੋਂ ਆ ਗਏ ਤੇ ਉਸ ਮੈਨੂੰ ਮਾਰ ਦੇਣਗੇ,
डर गया बुरी तरह पठान ते जलंधर भी छड़ गया। सिंघन फौज तिस पाछे चढ़ी, क्योंकि सिंघा दी फौज पिछे ही चढ़ी आ रही सी, कोई बहुत ही दूर नहीं सी। बहुत घोड़े उस नदियन गड्डे, ओदे जेड़े घोड़े सन ओ नदियां विच गड़ गए, भाव रुड़ गए। नट्ठे पैरी घोड़े छड्डे, घोड़े भी छड़ के ते पठान पैदल भज गए। उहां जलंधर भाजड़ पड़ी, उधर जलंधर च भाजड़ा पै गईयां। भोगड़ी आए जलंधर वड़ी, भोगड़ी भाव लुटेरियां दा दल आ के जलंधर च वड़ गया। तो लै सिंघन फिर आई छूट, तो फिर सिंह आ के जलंधर च बड़े ते सिंघा ने कब्जा कर लिया। खूब करी भाजड़ की लूट, जेड़े भजे जांदे पठान समान चुक के, कोई समान महंगा महंगा चुक लिया पठाना ने भी लै जावांगे, पर सिंघा ने जान नहीं दिते, वो भी घेर के खो लिया सारा कुछ। तब लो सब दल आए पहुंचा, ओ तां तेज तरार सिंह पहला पहुंचे, पिछों बाकी भी जिहड़ा खालसे दा दल ते दीना बेग दी फौज सारे जलंधर आ गए। पहले लूटे गिरदे कूचा, पहला जलंधर दियां बाहरलियां बस्तियां लुटियां गईयां। दीना बेग बैतुर पुकारे, सारे जलंधर दे मुसलमान कट्ठे हो के दीना बेग दे कोल गए। रख लो जलंधर पैसे दे भारे, जलंधर दे मुसलमान कहन लगे के तू भी मुसलमान भरा है साडा, जलंधर बचा लै, साढ़े तो जिन्ने मर्जी पैसे लै लै, पर लुट मार बंद करा दे, कतलो गारत बंद करा दे, सिखा नू रोक दे। करोड़ रुपया जलंधर माहे, 1 करोड़ रुपया जलंधर दे वड्डे वड्डे सेठा साहूकारां ने देना मान लिया। अती दे ता लुटाओ सो नाहे, अभी आप 1 करोड़ रुपया इकट्ठा करके दे दिने आ, मुसलमान कहिंदे पर तू सानू सिखा तो ना मरवा। दीना बेग जसा सिंह पास, दीना बेग बाबा जसा सिंह जी आलूवालिए दे कोल गया। खालस्यों गुप्ती भेजी अरदास, खालसे तो छुपा के भी सिंह गुस्सा ना कर जान, उन्हें बाबे जसा सिंह नू समझाण दी कोशिश की भी एदा पैसे मिलते है जे अपन शहर नू बख्श देईए तां। दोरा मेरो मुँह न कह सके बड़पाग सिंह के पाहे, जसा सिंह नू दीना बेग कहिंदा है कि सरदार जी बाबे बड़पाग सिंह होरां नू मेरा मुँह तो नहीं कह सकता भी लुट मार ना करो, क्योंकि उन्होंने पहला कहा सी बाबे बड़पाग सिंह ने भी जदों असी जलंधर च वड़ांगे तू सानू ये ना अखी भी कतलो गारत बंद कर दिओ, मैं करतारपुर का बदला लैणा ते मैं उन्हों वादा दे चुका। दीना बेग कहिंदा मैं कह चुका भी जिवें तुसी करोगे कर लिया जे, पर हुण शहर दे लोग कहिंदे भी ना करो बर्बादी ना होवे, ते तुसी बाबा जी जसा सिंह जी जे तुसी कह सकते हो बड़पाग सिंह नूं तां तुसी मना लो। जलंधर बचे बचाए जिम ले टके सो बेपरवाहे, जिवें जलंधर बचदा उवें बचा लो ते टके लै लो पैसे लै लो जिन्ने खालसा जी तुसी लैने ने। चौपाई तब जसा सिंह नगारा बजवाया, सो बाबा जसा सिंह जी ने उसे वेले कतलो गारत बंद करन दा नगारा बजाता भी बस कर होर ना किसे नू मारो हुण। बड़पाग सिंह ने सो सुन पाया, जदों इह गल दा पता सोढी बड़पाग सिंह नू लगा कि सिखा ने बाबा जसा सिंह ने दीना बेग नाल गलबात कर ली है ते ढिले पै गए है, शहर नू कतल करन तो रुक गए है। सरबत खालसो सद बुलाया, बाबे बड़पाग सिंह ने सारे खालसे नू कठा कर लिया अपने कोल। एक थां तिनका दीवान लगाया, एक थां ते सिंघां दा दीवान लाया, जलंधर विच सारा खालसा एक थां ते कठा होके बैठिया। बड़पाग सिंह तब बोलियो गज, जदों सारे सिंह आ गए बैजगढ़िया करम सिंह शाम सिंह नारले वाला ते होर जिहड़े सिंह सरदार सन, बाबा जसा सिंह जी आलू वाली आ सारे बैठ गए, होर सारियां फौजां बैठ गईयां, तां उस दीवान विच बाबा बड़पाग सिंह बड़ा गर्म होके बोलिया, है को जलंधर रखे जो अज, उसे जाके कहन लगा है कोई माई दा लाल जिहड़ा जलंधर नू बचा लवे। तू कटार दिन हाथ चमकाया, अपने कमर कसे चो ना अपना कटार कढ लिया ते गुस्से च आके बड़पाग सिंह बोलिया, उसे मार मैं मरहूं काया, कहिंदा जिहड़ा जलंधर नू बचाउण दी वी गल करेगा पहला मैं उहनू मारांगा
फिर मैं आप मरांगा। उठियो खालसा हाथ सब जोड़। सारे सिंह बाबे उड़पाख सिंह दा गुस्सा वेख के हाथ जोड़ के खलो गए। कौन सकै तब बचन सो मोड़। सारे सिंह कहंदे सोढ़ी साहब तुसी गुरु दे साहब जादे हो, तुहाडा बचन कोई नहीं मोड़ सकदा। ते नगारे सबन बजाई जिवें तुसी कहोगे उवें ही करांगे। पहला दा सिंह दीना बेग दे कहे दे थोड़े नरम हो गए सन, पर वडभाग सिंह ने सिंघां नूं जलंधर फतेह करन दा हुकम दे दिता। दीना रखे तो उसे लुटाई। वडभाग सिंह कहण लगा जे दीना बेग कवे ना भी शहर नूं बचाणा तां पहलां दीना बेग नूं मारिया जे ते फेर गल करिया जे मेरे नाल। दीना बेग ने यो सुन पाई। दीना बेग नूं पता लगा कि वडभाग सिंह बड़ा गर्म होया फिरदा है, ते उह कहिंदा भी दीना बेग नूं भी मार देना जे जलंधर नूं बचाण दी गल करे। बात मैं पहलो जाऊं लुटाई। दीना बेग डर गया कि किते दीना में वडभाग सिंह दे आखे लाके सिख ही मैनू ही ना लुट लैन। नगारा तुरसो दयो बजाई। उन्हें भी जंग दा नगारा फेर बजा दिता दर्दिया मारिया। तुर खालसे मैं पहुंचो आई। फटाफट दीना बेग सिंह दे कोल आ गया, वडभाग सिंह दे कोल आ गया। दोरा वडभाग सिंह पे हो खड़ो कहो मोर्चो अबे बताओ। हाथ जोड़ के मिठा जा बन के दीना बेग बड़ा चलाक बंदा सी, लोड़ पे ते गधे नू बाप कह लैंदा सी, काम निकल जावे ते बाप नू भी नहीं सी पुछदा, एहो जा बंदा सी। ते बाबा वडभाग सिंह नू कहण लगा बाबा जी मैनू दसो मैं केड़े मोर्चे ते हल्ला करा, मेरी ड्यूटी लाओ, मैं जाना अगे हो गए लड़न लई। अब पिछले पैसे तारी ओ अगे लियो कड़ा हो। नाले मैं 1,00,000 रुपया लेके आया गुरु के लंगरा वास्ते, ते 1,000 रुपया कड़ा प्रसाद, ये तो लो ना पहला, ते फिर अगे होर हुक्म दसो भी मैं की सेवा करा। चौपाई वडभाग सिंह ने यो तब कही। ये सुन के बाबा वडभाग सिंह दीना बेग नू भी गर्म होके बोलिया कतल पठानन करके सही। गल इको है जे तू बंदा बन के अगे लगे तो ठीक है, शहर च पठान मैं कोई नहीं छड़ना, जिन्हां ने मेरा नगर उजाड़िया गुरुद्वारा थम सब साड़िया गऊआं मारियां धीआं भैणां दी उत्थे बेइज्जती कीती, मैं वो नहीं छड़ने। हां नासर अली फूके आग। मैं नासर अली दी लाश कबर चो कढ़ के फूकनी है। और काम हम पिछले लाग। बाकी काम बाद विच करांगा, पहला नासर अली ते अपना गुस्सा कढ़ांगा। दोहरा वडभाग सिंह खालसे कहें है जो सिख मुरीद। बाबा वडभाग सिंह जी ने सारे खालसे नू कह दिता सिंह जेड़ा गुरु अर्जन देव दा सिख है। तुरकन की लो तुरकनी हमरी यही तगीद। इथे इन्हां ने गुरु की नगरी च बेअदबी कीती है बीबियां भैणां दी। करतारपुर साहब विच साध संगत दी सोढ़ी रहिंदे सन। गुरु साहब छेवें पातशाह दा पोतरा बाबा धीरमल जी, धीरमल दे पोतरे दा अगों पड़पोतरा सी वडभाग सिंह। पहलां तां गुरु घर तों थोड़े दूर रहे, पर दसवें पातशाह दे समय धीरमल दा पड़पोतरा गुरु साहब कोल आया, कहण लगा महाराज मैनूं दसवें पातशाह जी नूं कि सानूं कृपा करो बख्शिश करो। ते महाराज ने आख्या तेरा पोतरा खालसे च रल जाएगा। सो वडभाग सिंह ने पंथ कोलों अमृत छक लिया सीगा, इस करके इहदा नाम वडभाग राए तों वडभाग सिंह बणिया। सो बाबा वडभाग सिंह सिंघां नूं कहण लगा भी गुरु साहब दा गुरद्वारा है पंजवें पातशाह दा, ओहदी बेअदबी होई है, ओहदा बदला लो। इन्हां तुरकां ने जो कुछ कीता उस नगर दे विच मैं इत्थे भी ओही करके विखावांगा जलंधर विच। चौपाई दीना बेग नूं इउं कह दियो। दीना बेग नूं बाबे वडभाग सिंह ने आख्या तुम अपने डेरे ते निकल ना दियो। तू अपने डेरे च चुप करके बैठा रही, तू बाहर ना निकली, जे तू बाहर निकलिया ते तू किसी दी रही कीती तां फिर असीं तेरा भी ख्याल रख ला भी कोई लिहाज नहीं करांगे। क्या जानो कोई हवै जे बात। जे बाहर निकलिया कोई भाणा वरत गया किसी सिंह दे तू ढे चढ़ गया तेनू कोई झटका आ गया फिर साडी जिम्मेवारी कोई नहीं। पिछो होवै तुमरो कात। पिछे तू भी ना मारिया जावी असीं कोई तुरक नहीं छड़ना पठान नहीं छड़ना। दीना बेग तब यूं कह दियो। सो दीना बेग अगों कहन लगा मैं अब तुमरो सिख वै रही हूं। बड़ा चलाक दीना बेग हाथ जोड़ के कहंदा बाबा जी मैं तो तुहाडा सिख हां।
मैं तुहाडा सेवक हां तुसी मेरे गुरु हो। पोडा सिख मैं तुमरो पयो। मैं तुहाडा रोडा पोडा पोडा सिख मैं तुहाडा रोडा पोडा सिख हां। जिम चाहो तिमी रख लियो। जिवें मैनू चाहो मैनू बचाओ ते जलंधर दा तां जिवें मर्जी तुसी बर्बादी करो बदला लवो अपने गुरुद्वारे दा। तबे खालसा हल्ला कियो। उस वेले बाबा वडभाग सिंह दा हुकम पा के सिंघां ने हल्ला बोल दिता। बड़े सो शहर कतलियों कियो। शहर जलंधर दे विच बहुत बर्बादी होई सी उस वेले क्योंकि सात संगत जी जेहा बीजा सो लुना करमा संदड़ा खेत। पहला इन्हां जलंधर दे पठाणा ने गुरुद्वारा करतारपुर साहब उथों 4-5 किलोमीटर ही है ना जलंधर तो करतारपुर उत्थे बहुत बर्बादी कीती सी। पिंड सारा करतारपुर साड़ दिता सी। गुरुद्वारा थम साहब साड़ दिता। बीबियां भैणां दी बहुत बेइज्जती कीती गलियां बाजारां च धू धू के ते पठाणा ने गऊआं जिहड़ियां सी लिया के गुरुद्वारे विच हलाल कीतियां। उस गल दा वड़भाग सिंह नूं गुस्सा सीगा। उह कहिंदा वी मैं तां बदला लैणा है। हाँ जी बोधी वाले देवें छाड़। जेड़ा बोधी दिखा देवे सिर ते पहला सारे हिंदू बोधी रखते सन। असल विच खालसा जी जेड़ा सनातन धर्म सीगा हिंदू धर्म हिंदू शब्द नहीं ये तो कोई 2-2.5 हज़ार साल तो हिंदू शब्द जां इस तों भी बाद विच चलिया है। पहला शब्द सीगा सनातन धर्म। सनातन धर्म जेड़ा सी श्री रामचंद्र जी कृष्ण जी होर महापुरुष ऋषि मुनि जिन्हां ने वैदिक मंत्र रचे हैं पुलस्त अगस्त अंगरा विश्वामित्र वशिष्ठ वेद व्यास जिहड़े महापुरुष होए ने वह सारे इस स्वरूप वसन जिहड़े अज खालसा है। कोई भी केस नहीं सी कटांदा शरीर पैरां तों लै के सिर तक सिर तों लै के पैरां तक एक भी रोम किसे महापुरश ने नहीं कटाया सारे केसाधारी होंदे सन। दूसरा जिहड़ा खालसे की निशानी है कशहरा सारे ही कशहरा पड़दा जिहड़ा वह रखते सन। तीसरा जिहड़ा शस्त्र कृपान जो आपां पांदे आ 5 शस्त्र ने सारे ही महापुरश ऋषि मुनि शस्त्रधारी भी सन। श्री रामचंद्र जी ने देखो धनुष बाण सीगा ते बाकी भी सारे शस्त्र जंग च उन्होंने वरते हैं। हनुमान जी दे कोल गुरज गदा तुसी देखदे हो। श्री कृष्ण जी कोल सुदर्शन चक्कर है पर दसम ग्रंथ विच पढ़ो तो सारे शस्त्र जंग विच ला रहे हैं। इस तरह श्री भगवान शिव जी दे हाथ च तरसूल नज़र आउंदा है जिन्हें भी इन्हां दे योधे अवतारी पुरश शस्त्रधारी होए। सो महाराज ने वो सनातन जिहड़ा स्वरूप सी ना ऋषियां मुनियां दा वह खालसे नूं दिता। पर यह जिहड़ा केस कटाण दा रवाज चलिया इहदा कारण गुरप्रताप सूरज विच कलगीधर पातशाह नूं जदों पुछिया सी महाराज केस कित्थों कटणे शुरू होए ने आगरे शहर च गुरु गोबिंद सिंह साहब जी ठहरे हुए सन ते उत्थे इक नौनिद खत्री मिलिया गुरु साहब जी नूं 10वें पातशाह जी नूं। वो 4 वेद 6 शास्त्र 27 सिमरतियां 18 पुराण पढ़िया बहुत विद्वान खत्री सीगा। गुरु साहब जी को आया ते कुछ बचन विलास किते वह सतगुरों की विद्या तो जाणू सीगा ते विद्वाना नाल विद्वान गल करते महाराज सच्चे पातशाह जी नाल बचन करता करता इत्थे आ के एक सवाल कर दिता। कहिंदा जी होर तां ठीक है संग आप के केसा तारी रीत इन्हों की अपर पाई जिहड़े तुहाडे नाल ने सारे ही केसा तारी हैं इन्हां जो कोई केस नहीं कटांदा इह केस रखण की क्या मर्यादा शुरू कर दिती। कलगीधर पातशाह कहण लगे कि नौनिद जे कोई अनपढ़ बंदा साडे के सवाल करदा असी जवाब दिंदे तू तां पढ़िया लिखिया तू सारे वेद शास्त्र पढ़े तैनूं पता नहीं कि भारत में कोई भी केस नहीं सी कटांदा। ये 2200 साल होए ने एक नंद वंश के 9 नंद जिन्होंने कहिंदे आ राजे होए ने वह शूद्र बिरती वाले सन ते वह शूद्र बिरती उन्होंने जदों राज कब्जा कर लिया सारे पासे छत्रियों तो राज खो लिया शूद्रां ने तो वह नंद राजे ने अपने जिहड़े खास पंडित सन उन्होंने लालच दे के पुछया पंडितों नूं पुछया भी पंडितो तुसीं जिहड़ा छत्रियों नूं वास्ते यज्ञ करदे हो मंत्र पढ़ते हो उहदे च शक्ति पैदा होंदी छत्री राज करदे ने क्योंकि नंद नूं इह खतरा सी जे छत्रियों वास्ते मंत्र पढ़नगे ब्राह्मण ते छत्री ताकत च आउणगे ते फिर साडे तों राज खो लैणगे ते राज किते चला ना जावे। इस करके उन्हें पंडितों नूं पुछया भी तुसीं इह दसो भी तुहाडे च कि कि शक्ति है जिहदे नाल मंत्र सिद्ध हुंदा है।
मंत्र सिद्ध होने वास्ते कि चीज़ है। तो कोई पंडित लालच में आ गए या डरावे च आ गए, वह दस बैठे, वह कह लगे जी गल यों है भी साढ़े जेडे केस हैं इन केसा के नाल साढ़े अंदर जी शक्ति है वह कट्ठी रही है, जो असी मंत्र पढ़ते हैं वह शक्ति पैदा हो जाती है। इस करके केसा तो बिना जो कोई होंत्र फुरदा नहीं। दसम की बाणी च पंक्ति आती है, सिखाहीन कोई फुरै ना मंत्रा, केसा तो बिना मंत्र नहीं फुरदा। तो उस राजे नंद वंश के राजे ने सारे ब्राह्मण फड़ लए, जबरदस्ती फड़ के जोड़े वेद पाठी सन उन्होंने केस सिर मूँह मुन दते। जो सिर मूँह मुन दते पंडितों को बड़ी उख्याई हुई, क्योंकि उस तो 3000 साल पहला जोड़े ग्रंथ लिखे गए सन मनु सिमृति आदिक, उन्होंने विधान बनया होया सी भी कोई ब्राह्मण किसी दूसरे ब्राह्मण का कतल कर दे। वैसे किसी ब्राह्मण को कतल करना बज्र पाप है, ब्राह्मण कैली घात कंजक अणचारी का धान, चार बज्र पाप ने सनातन धर्म, जिमें चार बज्र कुरैतं सिखां च ने ना, चार बज्र कुरैतं हिंदुओं में भी ने। उन्होंने पहली बज्र कुरैत है ब्राह्मण की हत्या करनी, दूसरी बज्र कुरैत है गऊ की हत्या करनी, तीजी बज्र कुरैत है एक लड़की बेटी की हत्या करनी, तो चौथी कुरैत है वेश्या की कमाई खानी। क्योंकि जे तुसी ब्राह्मण नू मार दोगे, बड़ा बेचारा मेहनत नाल वेद शास्त्र पढ़ के एक विद्वान बनया, उन्हों कोई मार दवे, एड्डी मेहनत विद्वान टीचर की उस्तादा की सारी बिरथी गई। जे तुसी ब्राह्मण नू मार दे हो बहुत घाटा पूरे देश नू पैंदा, विद्वान मरण का घाटा सारी कौम नू हुंदा। तो इस करके ब्राह्मण नू नहीं मारना। फिर सवाल अगे आया सीगा भी जे ब्राह्मण ही किसी ब्राह्मण का कतल कर दे, ब्राह्मण कोई एहोजा काम कर दे भी उन्हें मारना ही पै जाए, जे ब्राह्मण नू मारे तो बिना नहीं सरदा, उन्हें मारना पैना, फांसी देने कतल किया फांसी देनी पैनी है। तो फिर कहते भी इदा करो, उन्हें जान तो ना मारो, एहोजा कर दौ भी मरिया वर्गा हो जाए। वो की तरीका, वो दे केस कट दौ, केस कट्टोगे दाढ़ी मुन्नोगे सिर मुन्नोगे, वह शर्म के नाल आपे ही मरिया वर्गा, जान नालों मरण नालों यह है भी वह जीवंदा रहेगा, फिर भी वह सुधर के कोई किसी नूं विद्या ही पढ़ा देगा, कोई ज्ञान दे देगा, कोई नॉलेज उहदी जिहड़ी है कोल आ ज्ञान है वह बचिया रहेगा। इस करके कानून का कानून ने एक राह बनाया सीगा। पर जदों नंद राजे ने सारे दे केस कट दिते उदों बड़ी समस्या, ब्राह्मण बेचारे मरिया वर्गे हो गए। सारे ब्राह्मण सोचते हैं भी असी तो कोई पाप नहीं सी कीता, पर हुण असी की करिए, सारयां दे केस मुन दिते है। तो उन्हां ब्राह्मणा ने फिर नवा कानून बना लिया भद्दण दा, जिहनूं कहिंदे आ भी मुंडन करना। फिर चलिया है, उन्होंने मुंडन शुरू किया, अज तो कोई 2200 साल पहलां दी गल है। महाराज दसवें पातशाह ने लिखी है गल अपने बचन इतिहास गुर प्रताप च आउंदा, 100 साखी च भी यह बचन आउंदा भी केस कट्टणे नंद राजे तों शुरू होए। फिर उन्होंने सिर मूँह मना लेना, पर एक एक जिहड़ी लिट है ना वह पूरी साबती रखनी, बोधी तोड़ तक जिन्हें लम्मे होण भावें वह किसी के एडे को होण भावें एडे होण, अजे भी कभी बनारस जाओ ना उत्थे एडे एडे लम्मी बोधी हुंदी है पूरी, तो वह उन्हूं चोटी करके पिछे बन छड्डदे है। पर वह जिहड़े लम्मे केस ने उन्हां च कोई केस नहीं कटदे, आले दुआले दे कट देंदे। फिर यह रिवाज बना दिता भी जे किसी का प्यो मर जाए तो उहदी थां ते मुंडन कराउंदे है, फिर यह मुंडन का रिवाज चलिया। सो खालसा जी, बोधी का रिवाज सी हिंदुओं विच, इह तां साडे देखदियां देखदियां हिंदू जिहड़े बोधी तो भी हुण जवाब दिंदे जांदे। अज तो 30 साल पहला असी बहुत देखिया भी बोधी वाले हिंदू लगभग मिल रहे सन, ते बोधी का मूल सी सारे केस साबत सूरत, असलीयत यह सी कि पहला सारे केसाधारी सन। कलगीधर पातशाह ने वह पुरातन स्वरूप जिहड़ा सी महापुरशां दा, ऋषियां मुनियां जोधियां दा, वह खालसे पंथ नूं दे के पंथ नूं सुरजीत कीता ते चढ़दियां कलां वाले गुण दिते। सो अज जदों जलंधर च सिंघ बड़े हन तां जिन्हां दे हिंदुआं दे सबोधियां वेखियां उन्हां नूं छड़ दिता, बाकी पठान सारे झटक दिते। बिन बोधी तिस देवै काट, जिहड़ा बोधी दिखा देवे मेरी बोधी है उहनूं छड़ दिंदे, जिहदे बोधी नहीं हुंदी उहनूं झटक दिंदे है। दोहरा
ਬੜਭਾਗ ਸਿੰਘ ਥੀ ਜਿਮ ਕਹੀ ਸੋਈ ਖਾਲਸੇ ਕੀ ਨਾ। ਸੋਢੀ ਬੜਭਾਗ ਸਿੰਘ ਨੇ ਕਿਹਾ ਸੀ ਵੀ ਮੈਂ ਜਲੰਧਰ ਨੂੰ ਨਹੀਂ ਛੱਡਣਾ, ਜਲੰਧਰ ਸ਼ਹਿਰ ਦੇ ਪਠਾਣਾ ਨੇ ਮੇਰੇ ਤੇ ਬੜੇ ਗੁਰਦੁਆਰੇ ਥੰਮ ਸਾਹਿਬ ਤੇ ਜ਼ੁਲਮ ਢਾਏ, ਔਰ ਸਭ ਤੋਂ ਵੱਡਾ ਉਹਨੇ ਧੀਆਂ ਭੈਣਾਂ ਦੀ ਜੋ ਬੇਅਦਬੀ ਕੀਤੀ, ਗਊਆਂ ਮਾਰੀਆਂ ਦਰਬਾਰ ਦੇ ਵਿੱਚ। ਥੰਮ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਥੰਮ ਸੀਗਾ। ਕਹਿੰਦੇ ਜਦੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਬਣ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਬਣਾ ਰਹੇ ਸਨ, ਉਦੋਂ ਟਾਹਲੀ ਵੱਢਣ ਵਾਸਤੇ ਥੰਮ ਲੈਣ ਵਾਸਤੇ ਸੰਗਤਾਂ ਗਈਆਂ। ਜਦੋਂ ਟਾਹਲੀ ਨੂੰ ਹੱਥ ਪਾਇਆ ਤਾਂ ਉਹਦੇ ਵਿੱਚੋਂ ਕੋਈ ਰੂਹ ਬੋਲੀ। ਅਸਲ 'ਚ ਟਾਹਲੀ ਦੇ ਉੱਤੇ ਕੋਈ ਆਤਮਾ ਐਸੀ ਰਹਿੰਦੀ ਸੀ ਜਿਹੜੀ ਸਦੀਆਂ ਤੋਂ ਉੱਥੇ ਉਹਦੀ ਮਾਨਤਾ ਹੁੰਦੀ ਸੀ, ਪੂਜਾ ਹੁੰਦੀ ਸੀ। ਅਤੇ ਉਹ ਰੂਹ ਬੋਲੀ ਮਹਾਰਾਜ, ਗੁਰੂ ਕੇ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਨੂੰ ਪੁੱਛੋ ਵੀ ਕਿਸੇ ਦਾ ਘਰ ਕਿਉਂ ਢਾਂਦੇ, ਮੇਰੀ ਇੱਥੇ ਮਾਨਤਾ ਹੁੰਦੀ ਹੈ, ਮੈਂ ਇੱਥੇ ਰਹਿੰਦਾ ਅਤੇ ਮੇਰਾ ਘਰ ਨਾ ਢਾਓ। ਸਿੱਖ ਵਾਪਸ ਆ ਗਏ, ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਉਸ ਟਾਹਲੀ ਦੇ ਵਿੱਚ ਕੋਈ ਰੂਹ ਹੈ ਜਿਹੜੀ ਬੋਲਦੀ ਹੈ ਅਤੇ ਉਹਨੂੰ ਵੱਢਣਾ ਔਖਾ ਹੈ। ਸਤਿਗੁਰੂ ਆਪ ਚੱਲ ਕੇ ਗਏ ਪੰਜਵੇਂ ਪਾਤਸ਼ਾਹ, ਜਾ ਕੇ ਉਹ ਜਿਹੜੀ ਰੂਹ ਸੀ ਉਹਦੇ ਨਾਲ ਵਚਨ ਕੀਤਾ, ਕਹਿਣ ਲੱਗੇ ਭਾਈ ਤੂੰ ਆਪਣੀ ਮਾਨਤਾ ਕਰਵਾਉਣੀ ਚਾਹੁੰਦਾ ਨਾ, ਅਸੀਂ ਤੇਰਾ ਭਲਾ ਕਰ ਦਿਆਂਗੇ, ਤੇਰੀ ਆਤਮਾ ਦਾ ਉਧਾਰ ਹੋ ਜਾਏਗਾ, ਔਰ ਇਹ ਤੇਰੀ ਟਾਹਲੀ ਦਾ ਥੰਮ ਗੁਰੂ ਘਰ ਦੇ ਵਿੱਚ ਲੱਗੇਗਾ, ਸੰਗਤਾਂ ਦਰਸ਼ਨ ਕਰਿਆ ਕਰਨੀ, ਉੱਥੇ ਵੀ ਮਾਨਤਾ ਹੋਇਆ ਕਰੇਗੀ। ਉਹ ਥੰਮ ਵੱਢ ਕੇ ਲਿਆ ਕੇ, ਉਹ ਟਾਹਲੀ ਵੱਢ ਕੇ ਥੰਮ ਬਣਾ ਕੇ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਲਾਇਆ ਹੋਇਆ ਸੀਗਾ। ਅਤੇ ਜਦੋਂ ਗੁਰੂ ਸਾਹਿਬ ਜੀ ਤੋਂ ਬਾਅਦ ਸੰਗਤਾਂ ਉਹ ਥੰਮ ਦਾ ਦਰਸ਼ਨ ਕਰਦੀਆਂ ਸਨ, ਇਸ ਕਰਕੇ ਉਸ ਜਗ੍ਹਾ ਦਾ ਨਾਮ ਹੀ ਥੰਮ ਸਾਹਿਬ ਪੈ ਗਿਆ ਸੀ। ਉਹ ਲੱਕੜ ਦਾ ਜਿਹੜਾ ਥੰਮ ਸੀਗਾ ਉਹਨੂੰ ਨਾਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜਿਆ ਸੀ ਵੀ ਇਹ ਥੰਮ ਦੀ ਪੂਜਾ ਹੁੰਦੀ ਹੈ, ਇਹਦਾ ਸਤਿਕਾਰ ਹੁੰਦਾ। ਸੋ ਸਤਿਗੁਰੂ ਪਾਤਸ਼ਾਹ ਦੇ ਥੰਮ ਨੂੰ ਸਾੜਨ ਦਾ ਗੁੱਸਾ ਵੀ ਬੜਭਾਗ ਸਿੰਘ ਦੇ ਮਨ ਵਿੱਚ ਸੀ, ਇਸ ਕਰਕੇ ਉਹਨੇ ਕਿਹਾ ਵੀ ਛੱਡਣੇ ਨਹੀਂ ਜਲੰਧਰ ਦੇ ਪਠਾਣ। ਗੋਰੋ ਕੱਢ ਨਾਸਰ ਅਲੀ ਤੇ ਮੈਂ ਸੁਰਮੁਖ ਦੀਨਾ। ਤੇ ਨਾਸਰ ਅਲੀ ਨੇ ਗਊਆਂ ਮਾਰੀਆਂ ਸਨ ਗੁਰਦੁਆਰੇ ਵਿੱਚ, ਉਹਦੀ ਕਬਰ 'ਚ ਲਾਸ਼ ਪਈ, ਮਰ ਚੁੱਕਾ ਸੀ ਨਾਸਰ ਅਲੀ, ਮਰ ਗਿਆ। ਬੜਭਾਗ ਸਿੰਘ ਨੇ ਕਬਰ 'ਚੋਂ ਕੱਢੀ ਲਾਸ਼ ਅਤੇ ਸੂਰ ਦਾ ਡਲਾ ਉਹਦੇ ਮੂੰਹ 'ਚ ਪਾਇਆ ਵੀ ਤਾਂ ਕਿ ਜਿਵੇਂ ਗੁਰੂ ਕੇ ਸਿੱਖਾਂ ਨੂੰ ਗਊਆਂ ਦਾ ਮਾਸ ਇਹਨੇ ਖਵਾਇਆ ਨਾ, ਉੱਦਾਂ ਇਹਨੂੰ ਵੀ ਤੁਰਕ ਨੂੰ ਪਤਾ ਲੱਗੇ ਵੀ ਕਿਸੇ ਦਾ ਧਰਮ ਕਿਵੇਂ ਤੋੜੀਦਾ ਹੈ। ਕਿਉਂਕਿ ਜਦੋਂ ਕਿਸੇ ਦਾ ਧਰਮ ਤੋੜਨੀ ਉਦੋਂ ਤਾਂ ਬੰਦੇ ਨੂੰ ਪਤਾ ਨਹੀਂ, ਜਦੋਂ ਆਪਣੇ 'ਤੇ ਪੈਂਦੀ ਫਿਰ ਪਤਾ ਲੱਗਦਾ। ਅਤੇ ਹੱਥਾਂ ਬਾਂਹ 'ਚ ਕਰਾ ਰਿਹਾ ਵੈਰੀ ਹੋਣ ਦਾ ਮਿੱਤਰ, ਇਹਦਾ ਰਾਜਨੀਤੀ ਦਾ ਜੇ ਸਾਧ ਸੰਗਤ ਜੀ ਹੱਥ ਜੋੜਿਆ ਕੰਮ ਬਣ ਜਾਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀ ਤੇਗਾਂ ਪਾਉਣ ਦੀ ਕੀ ਲੋੜ ਸੀ। ਜੇ ਹੱਥ ਜੋੜਿਆ ਕੰਮ ਬਣ ਜਾਂਦਾ ਤਾਂ ਸਤਿਗੁਰੂ ਕਲਗੀਧਰ ਜੀ ਨੂੰ ਤੇਗਾਂ ਸਜਾ ਕੇ ਖਾਲਸਾ ਸਾਜਣ ਦੀ ਕੀ ਲੋੜ ਸੀ। ਸੋ ਇਹੋ ਜਿਹੇ ਵੈਰੀ ਜਿਹੜੇ ਨੇ ਇਸੇ ਤਰ੍ਹਾਂ ਹੀ ਕਾਬੂ ਆਉਂਦੇ ਨੇ। ਇਹ ਨਾ ਸਮਝੋ ਕਿ ਸਿੰਘ ਨਿਰਦਈ ਸਨ, ਕਿਸੇ ਬੇਗੁਨਾਹ 'ਤੇ ਖਾਲਸਾ ਹੱਥ ਨਹੀਂ ਚੁੱਕਦਾ, ਪਰ ਗੁਨਾਹਗਾਰ ਨੂੰ ਬਖਸ਼ਣਾ ਵੀ ਇੱਕ ਗੁਨਾਹ ਹੁੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਨਾਸਰ ਅਲੀ ਦੀ ਕਬਰ 'ਚੋਂ ਲਾਸ਼ ਕੱਢ ਕੇ ਸੋਢੀ ਬੜਭਾਗ ਸਿੰਘ ਹੋਰਾਂ ਨੇ ਉਹਦੇ ਮੂੰਹ 'ਚ ਸੂਰ ਦਾ ਡਲਾ ਪਾਇਆ ਅਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਅੱਗ ਲਾ ਕੇ ਸਾੜਿਆ। ਹਾਂਜੀ, ਜੋ ਪਈ ਮੁਗਲ ਪਠਾਣੀ ਸੇਖ ਸੈਦਾਨੀ। ਮੁਗਲਾਣੀਆਂ ਪਠਾਣੀਆਂ ਜਿਹੜੀਆਂ ਉੱਥੇ ਸ਼ਹੀਦਾਨੀਆਂ ਉਹਨਾਂ ਦੀਆਂ ਬੇਗਮਾਂ ਸਨ। ਫੜ ਰੰਗੇਟਾ ਨਾ ਸੋਵਾਨੀ। ਉਹ ਰੰਗਰੇਟੇ ਸਿੰਘ ਲੈ ਗਏ ਫੜ ਕੇ। ਸਰੂਪ ਸਿੰਘ ਇੱਕ ਬ੍ਰਾਹਮਣ ਸਿੰਘ। ਉਹਨਾਂ ਵਿੱਚੋਂ ਇੱਕ ਬ੍ਰਾਹਮਣ ਸਿੱਖ ਸੀਗਾ, ਸਰੂਪ ਸਿੰਘ ਉਹਦਾ ਨਾਮ ਸੀ। ਚਨਾਰ ਥਲੇ ਮੋ ਜਨਮਿਓ ਦੇਖ। ਉਹ ਚਨਾਰ ਥਲ ਦਾ ਰਹਿਣ ਵਾਲਾ ਸੀ, ਚਨਾਰ ਥਲੇ ਜਿਹਦਾ ਜਨਮ ਸੀਗਾ। ਬੜਭਾਗ ਸਿੰਘ ਜੀ ਥੀ ਓ ਕਹੀ। ਬਾਬੇ ਬੜਭਾਗ ਸਿੰਘ ਨੇ ਉਹਨੂੰ ਵੀ ਕਿਹਾ ਸੀ ਜਲੰਧਰੋ ਤੁਰਕਣੀ ਰੱਖੋ ਸਿੱਖ ਸਹੀ। ਉਹ ਜਿਹੜੀਆਂ ਤੁਰਕਣੀਆਂ ਪਠਾਣੀਆਂ ਰੰਡੀਆਂ ਹੋ ਗਈਆਂ ਨਾ, ਉਹ ਬਾਬਾ ਬੜਭਾਗ ਸਿੰਘ ਜੀ ਕੋਲ ਆਈਆਂ, ਕਹਿੰਦੇ ਅਸੀਂ ਕਿੱਥੇ ਜਾਈਏ। ਅਤੇ ਬਾਬਾ ਜੀ ਕਹਿੰਦੇ ਵੀ ਸਿੰਘਾਂ ਦੇ ਘਰਾਂ 'ਚ ਪਾ ਦਿਓ। ਸਿੰਘ ਕਹਿੰਦੇ ਜੀ ਅਸੀਂ ਤੁਰਕਣੀਆਂ ਦਾ ਸੰਗ ਨਹੀਂ ਕਰਦੇ, ਮਹਾਰਾਜ ਦਾ ਹੁਕਮ ਹੈ। ਅਤੇ ਬਾਬਾ ਬੜਭਾਗ ਸਿੰਘ ਕਹਿੰਦਾ ਵੀ ਇਹ ਮੇਰਾ ਹੁਕਮ ਇਹ ਹੈ ਵੀ ਇੱਥੇ ਜਿਹੜਾ ਕੋਈ ਤੁਰਕਣੀ ਨੂੰ ਅੰਗੀਕਾਰ ਕਰੇਗਾ ਉਹਨੂੰ ਪਾਪ ਨਹੀਂ ਲੱਗੇਗਾ, ਅੰਮ੍ਰਿਤ ਛਕਾ ਲਓ ਅਤੇ ਇਹਨਾਂ ਨੂੰ ਘਰਾਂ 'ਚ ਪਾ ਲਓ। ਜਲੰਧਰੋਂ ਤੁਰਕਣੀ ਸਿੱਖ ਰੱਖੇ ਜਾਓ। ਜਿਹੜਾ ਜਲੰਧਰ ਦੀਆਂ ਤੁਰਕਣੀਆਂ ਰੱਖੇਗਾ ਸਿੱਖ, ਇੱਥੇ ਉੱਥੇ ਮੈਂ ਵਾਲੀ ਹੋ, ਉਹਦਾ ਮੈਂ ਜ਼ਿੰਮੇਵਾਰ ਹਾਂ, ਇੱਥੇ ਉੱਥੇ ਗੁਰੂ ਸਾਹਿਬ ਬਖਸ਼ ਦੇਣਗੇ, ਕਿਉਂਕਿ ਇਹਨਾਂ ਦਾ ਹੁਣ ਕੋਈ ਵਾਲੀ ਵਾਰਸ ਰਿਹਾ ਨਹੀਂ ਹੈ। ਡੇਰਾ ਲਾਇਓ ਭਾਦ ਸੋ ਸਭ ਸਿੱਖ ਮੈਂ ਤਿਸਿਆਣ। ਸੋ ਸਾਧ ਸੰਗਤ ਜੀ ਉੱਥੇ ਜਿਹੜੇ ਸਿੰਘ ਸਨ ਉਹਨਾਂ ਸਿੰਘਾਂ ਨੇ ਜਵਾਬ ਦੇ ਦਿੱਤਾ ਸੀਗਾ ਵੀ ਅਸੀਂ ਤੁਰਕਣੀਆਂ ਅੰਗੀਕਾਰ ਨਹੀਂ ਕਰਨੀਆਂ,
कुछ सिंघां ने अंगीकार कीतियां जिन्हां नूं असीं मजहबी सिंघ कह दिंदे हां, मजहब दीआं तुरकणियां रखण करके वह मजहबी पाद उन्हां सिंघां नाल जुड़िया सीगा। ये गल बहुत कई गल्लां ऐसियां हुंदियां जिहड़ियां समें समें नाल समझाणियां वी पैंदियां, पर विवाद का विशा नहीं हुंदा है, क्योंकि पुरातन समय कई समय आए वाधे घाटे हुंदे रहे, वह मुसीबतां का समा सी, जिहो जिहा समा होवे उहो जिहा फिर उहदा वर्तारा करना पैंदा है। हाँ जी, वचन मनियो गुरु को तन सिख सौ जान, उन्होंने बाबे भाग सिंह का वचन मान लिया, दूजे जिहड़े सिख गुरु के वचन मनण वाले सन वह भी धन हन। सो भाई इहो जिहा उस वेले समा बनिया सी, दीना बिग तब आयो ले रुपये लाख, दीना वे एक लख रुपया लै के बाबे भाग सिंह जी दे कोल आया, कड़ा लियो लियायो हजार को दियो आगे खालसे राख, उन्हें एक हजार रुपये कड़ा प्रसाद दी देग लिया के, ते जे देग दी माया, क्योंकि सिंघां दी देग बनाने दी मर्यादा तो खालसे नूं ही पता सीगी, इस करके एक हजार रुपये कड़ा प्रसाद वास्ते ते एक लख रुपया सिंघां दा खर्चा पानी वह लै के दीना बेग पंथ दी शरण आया। चौपाई पैसे सौंपे श्याम सिंह पास, उस वेले सारे पैसे जथेदार बाबा श्याम सिंह जी नारले वाले नूं दे दित्ते, कड़ा वरतायो कर अरदास, एक हजार रुपये दी दे कड़ा प्रसाद दी दे करके अरदासा करके खालसे ने वरताया, नवाब कड़ा जब मुख में पायो, दीना बेग नवाब दे मुंह विच ने देग लई कड़ा प्रसाद दी ते देग महाराज दी मुंह च पाई, धन नानक गौर उने अलायो, दीना बेग कहन लगा धन गुरु नानक साहब जी जिन्हां ने आ देग साडे वास्ते बना के भेजी है, हमसे बुढ़न को यह खाना, कहना मेरे वर्गे बुढ़िया बंदियां दा यह खाना है, जिहड़े दंद ना होण ओनू कड़ा प्रसाद बड़ा फिट रहिंदा। साध संगत जी एक गल यह भी है कि कड़ा प्रसाद दे विच बड़ियां ही गल्लां गुप्त हन जिहड़ियां खास महत्ता वालियां, ये जे हम अज कल तो हुण मेरे वर्गे भी कह दें सवाया गफा, तो पहली गल है जिदा देग बनानी चाहिए उदा बनती नहीं। तो पुरातन सिंह हुण आपां 30 साल पिछे हथ मार जदों न्याणे हुंदे सी ते थले दरी ते हथ मार के ना ते दोहरी वारी दोहरा गफा ते कई वारी तेरा तेरा भी लै जाना हथ धो के न्याणिया ने, स्वाद ही बड़ा लगता सी कड़ा प्रसाद। वाहिगुरू ते कड़ा प्रसाद की जिहड़ी देग सी उहदे विच गल महाराज सच्चे पाशाह बड़ियां ही कला रखिया हुई हैं, की है कि जिहड़ा अन्न है आटा मेन जिहड़ी साडी खुराक है प्रसादे की आटे की है, उहदे च आटा भी पाया महाराज ने, मिठा भी पाया ते घिओ भी पाया ते जल भी पाया ते अग्नि भी पाई। जे सही मैंने देग बनी होवे ते सवेरे अमृत वेले गफा खुला मिलिया होवे त्यावल दा ते दुपहर तक ते प्रसादे की लोड़ कोई नहीं होंदी ते कईआं दा दिन ही टप जांदा खुला गफा देखदा, हुण ना कोई छकदा ना कोई छकांदा, पहला खुले गफे मिलते सी देग दे, कई बार इन्ना वो जदों दलां पंथां सवेरे उठना ना आसा दी वार दे भोग ते इदां करना ते उत्तों फटना हो ते हथ थले हो जाणे ते उह छकणा फिर ते छकिया उस तों बाद रोटी की लोड़ रह जाती है। सारियां चीज़ां इहदे च पाईआं महाराज ने, फिर जिहदे दंद कोई ना होण उहदे वास्ते बड़ा सौखा काम है। तो दीना बे कहिंदा कहिंदा बाबे नानक ने कमाल कीती मेरे वर्गे बुढ़िआं दा खाणा बनाया बहुत वधिया, है ये बिस्तो नानक जी आना, ये बिस्तो लियांदा गुरु नानक साहब जी, आखो सतनाम श्री वाहे। जदों महाराज बगदाद च गए गुरु नानक साहब जी ते उत्थे दस्तगीर पीर ने शंका कीता भी पाताला पाताल लख आकाश आकाश किवें है, ते महाराज कहिंदे दिखा दिंदे आ तैनू नाल चल, वह डर गया कहिंदा नाल तां मैं नहीं जांदा, महाराज कहिंदे फिर देखेंगा किवें चलेगा तां ही दिखावांगे ना, कहिंदा मेरे पुत्र नूं लै जाओ। भाई गुरदास जी लिखदे नाल लीता बेटा पीर दा अखी मीट गया हवाई, उस वेले महाराज सच पा लखा आकाश लखा पताल दिखा लै गए, पाताल आकाश लख अख फुरक में सब दिख लाई, लखा आकाश लखा पताल, उहनूं इदां लगे भी मैनूं गुरु नानक साहिब नाल आया नूं बड़े साल हो गए, तो कहे महाराज वापस चलीए
ਮਹਾਰਾਜ ਕਹਿੰਦੇ ਕੋਈ ਨਹੀਂ, ਅਜੇ ਤਾਂ ਤੈਨੂੰ ਸੱਚਖੰਡ ਦਿਖਾਉਣਾ। ਕਹਿੰਦਾ ਮੈਂ ਉੱਦਾਂ ਹੀ ਕਹਿ ਦਿਆਂਗਾ ਦੇਖਿਆ। ਮਹਾਰਾਜ ਕਹਿੰਦੇ ਇਵੇਂ ਕਿਵੇਂ ਕਹਿ ਦੇਗਾ, ਦਿਖਾ ਕੇ ਲੈ ਚੱਲਾਂਗੇ। ਉਹ ਵਿਚਾਰਾ ਕਾਲਾ ਪਿਆ ਹੋਇਆ, ਉਹਨੂੰ ਇਹ ਮਹਿਸੂਸ ਹੋ ਗਿਆ ਵੀ ਕਈ ਸਾਲ ਹੋ ਗਏ। ਮਹਾਰਾਜ ਉਹਨੂੰ ਸੱਚਖੰਡ ਵੀ ਲੈ ਗਏ। ਜਦੋਂ ਦਰਬਾਰ ਦੇ ਅਕਾਲ ਪੁਰਖ ਦੇ ਦਰਬਾਰ ਦੇ ਦਰਸ਼ਨ ਹੋਏ, ਉੱਥੋਂ ਕੜਾਹ ਪ੍ਰਸ਼ਾਦ ਦੀ ਧੁਰੋਂ ਪਤਾਲੋਂ ਲਈ ਕੜਾਹੀ, ਧੁਰ ਦਰਗਾਹ ਤੋਂ ਕੜਾਹ ਪ੍ਰਸ਼ਾਦ ਦਾ ਬਾਟਾ ਮਿਲਿਆ ਅਤੇ ਉਹ ਦੇਗ ਲੈ ਕੇ ਮਹਾਰਾਜ ਆਏ। ਅਤੇ ਉਹ ਅਜੇ ਉੱਥੇ ਹੀ ਸਾਰੇ ਮੁਸਲਮਾਨ ਜਿੰਨੇ ਸਨ ਬਗਦਾਦ ਦੇ ਉੱਥੇ ਬੈਠੇ, ਅਤੇ ਪੀਰ ਰਸਤਗੀਰ ਵੀ ਬੈਠਾ ਹੋਇਆ। ਅਤੇ ਉਹ ਕਹਿੰਦਾ ਬਾਪੂ ਜੀ ਤੁਸੀਂ ਅਜੇ ਇੱਥੇ ਹੀ ਬੈਠੇ ਹੋ? ਕਹਿੰਦਾ ਪੁੱਤਰ ਹੁਣੇ ਤੂੰ ਗਿਆ, ਹੁਣੇ ਆ ਗਏ ਹਾਂ ਅਤੇ ਇੱਥੇ ਹੀ ਬਹਿਣਾ ਸੀ। ਕਹਿੰਦਾ ਬਾਪੂ ਮੈਨੂੰ ਤਾਂ ਕਈ ਸਾਲ ਪਤਾਲਾਂ 'ਚ ਲੱਗ ਗਏ, ਕਈ ਸਾਲ ਆਕਾਸ਼ਾਂ 'ਚ ਲੱਗ ਗਏ, ਤੂੰ ਕਹਿੰਦਾ ਹੁਣੇ ਗਿਆ? ਕਹਿੰਦੇ ਪੁੱਤਰ ਤੂੰ ਠੀਕ ਤਾਂ ਹੈ। ਉਹ ਕਹਿੰਦਾ ਬਾਪੂ ਤੁਸੀਂ ਠੀਕ ਹੋ? ਇੱਕ ਦੂਜੇ ਨੂੰ ਚੁੰਡੀ ਮਾਰ ਕੇ ਵੇਖਦੇ ਆ ਵੀ ਠੀਕ ਤਾਂ ਹੈਗੇ ਨਾ, ਪਰ ਉਹ ਖੇਡ ਗੁਰੂ ਨਾਨਕ ਦੀ ਹੈ। ਇੱਧਰ ਘੜੀਆਂ ਹੋਰ ਹਿਸਾਬ ਨਾਲ ਚੱਲਦੀਆਂ, ਉੱਧਰ ਹੋਰ ਹਿਸਾਬ ਨਾਲ ਚਲੀ ਜਾਂਦੀਆਂ। ਇਹ ਤਾਂ ਗੁਪਤ ਮੰਡਲ ਦੀ ਗੱਲ ਹੈ, ਆਖੋ ਸਤਨਾਮ ਸ੍ਰੀ। ਫਿਰ ਉੱਥੇ ਮਹਾਰਾਜ ਨੇ ਦੇਖ ਕੜਾਹ ਪ੍ਰਸ਼ਾਦ ਦੀ ਵਰਤਾਈ। ਕੋਈ ਪੁੱਛੇ ਨਾ ਵੀ ਦੇਖ ਕਿੱਥੋਂ ਸ਼ੁਰੂ ਹੋਈ ਹੈ ਕੜਾਹ ਪ੍ਰਸ਼ਾਦ ਦੀ? ਸਤਸੰਗ ਜੀ ਸੱਚਖੰਡ ਤੋਂ ਆਈ, ਅਕਾਲ ਪੁਰਖ ਦੇ ਦਰਬਾਰ 'ਚ ਦੇਗ ਵਰਤੀ ਜਾਂਦੀ ਅਤੇ ਗੁਰੂ ਸਾਹਿਬ ਜੀ ਪਹਿਲੀ ਪਾਤਸ਼ਾਹੀ ਮਹਾਰਾਜ ਲੈ ਕੇ ਆਏ। ਉਦੋਂ ਤੋਂ ਇਹ ਚੱਲੀ ਆਉਂਦੀ, ਜਿੱਥੇ ਮਹਾਰਾਜ ਜਾਂਦੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਵਰਤਾਉਂਦੇ। ਦਸਾਂ ਜਾਮਿਆਂ 'ਚ ਵੀ ਵਰਤਾਰਾ ਚੱਲਿਆ, ਹੁਣ ਤੱਕ ਚੱਲਿਆ ਹੁੰਦਾ। ਸੋ ਇਹ ਕੜਾਹ ਪ੍ਰਸ਼ਾਦ ਦੀ ਦੇਗ ਦੀਨਾ ਬੇਗ ਨੇ ਜਦੋਂ ਛਕੀ ਹੈ, ਉਹ ਕਹਿੰਦਾ ਬਾਬੇ ਨਾਨਕ ਬਿਸਤ ਤੋਂ ਸਵਰਗਾਂ ਤੋਂ ਲੈ ਕੇ ਆਏ ਨੇ। 25,000 ਔਰ ਕਰ ਲਿਓ, ਉਹਨੇ 25,000 ਹੋਰ ਉਸ ਵੇਲੇ ਖਾਲਸੇ ਨੂੰ ਭੇਟਾ ਕੀਤਾ। ਦੁਆਬੇ ਟਕਾ 1,25,000 ਦਿਓ, ਦੁਆਬੇ ਵਿੱਚੋਂ ਹਰ ਸਾਲ 1,25,000 ਰੁਪਈਆ ਸਿੱਖਾਂ ਨੂੰ ਮਿਲਿਆ ਕਰੇਗਾ। ਇਹ ਉਹਨੇ ਪੱਕੀ ਗੱਲ ਸਿੰਘਾਂ ਨਾਲ ਨੀਅਤ ਕਰ ਲਈ। ਨਵਾਬ ਦੁਆਬਾ ਲੁੱਟਣ ਹਟਾਇਆ, ਤੇ ਫਿਰ ਦੀਨਾ ਬੇਗ ਕਹਿਣ ਲੱਗਾ ਬਸ ਕਰੋ ਬਾਬਾ ਜੀ, ਹੁਣ ਸ਼ਹਿਰ ਤੁਸੀਂ ਕਤਲ ਕਰ ਦਿੱਤਾ, ਹੁਣ ਇਲਾਕਾ ਨਾ ਲੁੱਟੋ ਮੇਰਾ, ਕਿਉਂਕਿ ਮੈਂ ਵੀ ਤਾਂ ਇਲਾਕੇ ਵਿੱਚ ਰਾਜ ਕਰਨਾ, ਲੋਕਾਂ ਨੂੰ ਜੋੜ ਕੇ ਰੱਖਣਾ, ਅਤੇ ਬਸ ਕਰੋ ਹੁਣ ਜਿਹੜੇ ਪਠਾਨ ਤੁਸੀਂ ਮਾਰਨੇ ਸੀ ਮਾਰ ਲਏ। ਅਤੇ ਉਹ ਮੈਨੂੰ ਬਾਬੇ ਵਿਭਾਗ ਸਿੰਘ ਦਾ ਗੁੱਸਾ ਵੀ ਠੰਡਾ ਹੋ ਹੀ ਗਿਆ ਸੀਗਾ। ਹਾਂਜੀ, ਸਾਂਝਾ ਖਾਲਸੇ ਸਾਥ ਬਣਾਇਆ, ਦੀਨਾ ਬੇਗ ਨੇ ਖਾਲਸੇ ਨਾਲ ਸਾਂਝ ਪਾ ਲਈ ਕਿ ਜਿਹੜਾ ਦੁਆਬੇ ਦਾ ਇਲਾਕਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ, ਫਲੌਰ ਤੱਕ ਜਿੰਨਾ ਬਿਆਸਾ ਦੇ ਅਤੇ ਸਤਲੁਜ ਦੇ ਵਿਚਕਾਰ ਇਹਨੂੰ ਦੁਆਬਾ ਕਹਿੰਦੇ, ਇਹ ਸਾਰਾ ਇਲਾਕਾ ਦੀਨਾ ਬੇਗ ਦੇ ਅਧੀਨ ਹੋ ਗਿਆ। 7 ਧਾਰਾਂ ਪਹਾੜ ਦੀਆਂ ਵੀ ਇਹਦੇ ਥੱਲੇ ਆਉਂਦੀਆਂ, ਉਹ ਸਾਰਾ ਇਲਾਕਾ ਸਿੰਘ ਰੱਖਣਗੇ। 1813 ਸਾਲ, 1813 ਸਾਲ ਯਾਨੀ ਕਿ 1813 ਬਿਕਰਮੀ, ਅਤੇ ਜਿਹੜਾ ਈਸਵੀ ਹੈ ਉਹ ਸੀਗਾ 1756। ਹਾਂਜੀ, ਐਸੇ ਪਏ ਖਾਲਸੇ ਚਾਲ, ਇਸ ਤਰ੍ਹਾਂ ਖਾਲਸੇ ਦਾ ਚਾਲਾ ਵਰਤਿਆ, ਦੁਆਬੇ 'ਚ ਜਲੰਧਰ 'ਚ ਸਿੰਘਾਂ ਨੇ ਦੀਨਾ ਬੇਗ ਦਾ ਰਾਜ ਕਾਇਮ ਕਰ ਲਿਆ। ਦੋਹਰਾ ਮੁਗਲ ਜੋ ਦਿੱਲੀ ਪਤ ਹੁੰਦੇ ਸੋ, ਕਿਤੇ ਰਹਿ ਦਿੱਲੀਏ ਮਦ ਤੜਾਏ। ਹੁਣ ਜਿਹੜੇ ਮੁਗਲ ਸਨ ਦਿੱਲੀ ਦੇ ਬਾਦਸ਼ਾਹ, ਉਹ ਤਾਂ ਵਿਚਾਰੇ ਦਿੱਲੀ 'ਚ ਹੀ ਦੜ ਕੇ ਰਹਿ ਗਏ, ਉਹ ਤਾਂ ਦਿੱਲੀ 'ਚੋਂ ਬਾਹਰ ਨਿਕਲਣ ਜੋਗੇ ਹੀ ਨਹੀਂ ਸਨ। ਉਸ ਵੇਲੇ ਦਿੱਲੀ ਦੇ ਵਿੱਚ ਜਿਹੜਾ ਮੁਗਲ ਬਾਦਸ਼ਾਹ ਸੀ, ਉਹਦੀ ਇੰਨੀ ਜ਼ੁਰਤ ਨਹੀਂ ਸੀ ਵੀ ਉਹ ਦਿੱਲੀ ਤੋਂ ਬਾਹਰ ਸੈਰ ਕਰਨ ਵੀ ਨਿਕਲ ਜਾਵੇ। ਆਲੇ ਦੁਆਲੇ ਪਠਾਣਾਂ ਦਾ, ਮਰਾਠਿਆਂ ਦਾ, ਜਾਟਾਂ ਦਾ, ਹੋਰ ਕਈ ਕੌਮਾਂ ਦਾ ਜ਼ੋਰ ਪੈ ਰਿਹਾ ਸੀ। ਪਠਾਨ ਕੰਧਾਰੀ ਹੋਵੇ ਰਹੋ ਦਿੱਲੀ ਗਿਰਦ ਪਾਤਸ਼ਾਹੇ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਬੰਦੇ ਨਜੀਬ ਖਾਨ ਰੁਹੇਲੇ ਵਰਗੇ, ਉਹ ਪਹਿਲਾਂ ਵਜ਼ੀਰ ਸੀਗਾ ਪਠਾਨ, ਨਜੀਬ ਖਾਨ ਰੁਹੇਲਾ, ਬਾਅਦ ਵਿੱਚ ਅਬਦਾਲੀ ਦੀ ਮਦਦ ਨਾਲ ਉਹ ਇੱਥੋਂ ਦਾ ਮਾਲਕ ਬਣਿਆ ਬੈਠਾ ਸੀ। ਆਲਾ ਦੁਆਲਾ ਪੂਰਾ ਨਜੀਬਗੜ੍ਹ ਅਤੇ ਇਸੇ ਤਰ੍ਹਾਂ ਮੇਰਠ ਦਾ ਇਲਾਕਾ ਅਤੇ ਸਹਾਰਨਪੁਰ ਦਾ ਇਲਾਕਾ, ਨਨੌਤੇ ਦਾ ਇਲਾਕਾ, ਇਹ ਸਾਰਾ ਇਲਾਕਾ ਜਿਹੜਾ ਸੀਗਾ ਨਜੀਬ ਖਾਨ ਰੁਹੇਲਾ ਮੱਲੀ ਬੈਠਾ ਸੀ। ਦਿੱਲੀ ਮੈਂ ਜਮਿਓ ਸੁਣਿਓ ਗਇਓ ਬੁਲੰਦ ਖਾਂ ਭਾਜ। ਦਿੱਲੀ ਵਿੱਚ ਪਠਾਣਾਂ ਨੂੰ ਖਬਰ ਮਿਲੀ ਕਿ ਬੁਲੰਦ ਖਾਂ ਜਲੰਧਰ ਤੋਂ ਭੱਜ ਗਿਆ, ਸਿੱਖਾਂ ਨੇ ਭਜਾ ਦਿੱਤਾ। ਲੈ ਮਰਾਠੇ ਸੰਗ ਉਨ ਉੱਠਿਓ ਗਾਜ ਦੀ ਸਗਾਜ। ਤਾਂ ਉੱਥੇ ਇੱਕ ਗਾਜਦੀਨ ਸੀਗਾ, ਗਾਜਦੀਨ ਉਹ ਨਜੀਬ ਖਾਂ ਦਾ ਵਿਰੋਧੀ ਸੀਗਾ। ਗਾਜਦੀਨ ਮੁਗਲ ਸੀ ਅਤੇ ਨਜੀਬ ਖਾਨ ਜਿਹੜਾ ਰੁਹੇਲਾ ਉਹ ਪਠਾਨ ਸੀ। ਪਠਾਣਾਂ ਦਾ ਜਲੰਧਰ ਤੋਂ ਕਬਜ਼ਾ ਉੱਠ ਗਿਆ, ਇਸ ਗੱਲ ਦੀ ਗਾਜਦੀਨ ਨੂੰ ਖੁਸ਼ੀ ਹੋਈ।
ਰਾਜਦੀਨ ਨੇ ਸੋਚਿਆ ਵੀ ਮੇਰੇ ਵਿਰੋਧੀਆਂ ਦਾ ਇੱਕ ਕਿਲ੍ਹਾ ਤਾਂ ਛੱਡਿਆ, ਭਾਵੇਂ ਸਿੱਖਾਂ ਨੇ ਹੀ ਛੁਡਾਇਆ। ਗਾਜਦੀਨ ਨੇ ਆਖਿਆ ਵੀ ਇੱਥੋਂ ਦਿੱਲੀਓਂ ਵੀ ਪਠਾਣਾਂ ਨੂੰ ਭਜਾ ਦੇਈਏ। ਉਹਨੇ ਮਰਾਠਿਆਂ ਦੀ ਫੌਜ ਨੂੰ ਆਪਣੇ ਨਾਲ ਲਾਇਆ ਹੋਇਆ ਸੀ। ਕਾਫੀ ਸਾਲ ਦੀ ਗਾਜਦੀਨ ਦੀ ਹੁਲਕਰ ਰਾਓ ਦੇ ਨਾਲ ਦੋਸਤੀ ਸੀ। ਉਹਨੇ ਹੁਲਕਰ ਰਾਓ ਮਰਾਠੇ ਨੂੰ ਫਿਰ ਸੱਦ ਲਿਆ। ਚੋ ਬਈ ਲੱਖ ਟਕਾ ਤਿਸ ਸੇ ਸੋਰ ਲਾਇਆ, ਲੱਖ ਟਕਾ ਉਹਨੂੰ ਦੇਣਾ ਕਰਕੇ ਗਾਜਦੀਨ ਨੇ ਮਰਾਠਿਆਂ ਨੂੰ ਸੱਦਿਆ। ਤੋ ਮਰਾਠੇ ਅੱਗੇ ਚਲਾਇਆ, ਮਰਾਠਿਆਂ ਦੀ ਫੌਜ ਨੂੰ ਅੱਗੇ ਕਰਕੇ ਸਰਹੰਦ ਸਮੁੰਦ ਖਾਂ ਆ ਕੀ ਪਇਓ, ਉਹ ਸਰਹੰਦ ਵੱਲ ਨੂੰ ਆ ਗਏ ਤੇ ਸਮੁੰਦ ਖਾਂ ਜਿਹੜਾ ਸੀ ਉੱਥੋਂ ਨਿਕਲ ਕੇ ਇੱਥੇ ਜਿਹੜਾ ਜਲੰਧਰ ਵਾਹਿਗੁਰੂ ਸਰਹੰਦ ਦਾ ਸੂਬਾ ਸੀ ਸਮੁੰਦ ਖਾਨ, ਉਹ ਮਰਾਠਿਆਂ ਦੇ ਨਾਲ ਲੜਨ ਨੂੰ ਤਿਆਰ ਹੋ ਪਿਆ। ਮਰਾਠਨ ਭੇੜਾ ਆਣ ਸੁ ਕਯੋ, ਮਰਾਠਿਆਂ ਨੇ ਸਰਹੰਦ ਤੇ ਹਮਲਾ ਕਰ ਦਿੱਤਾ ਤੇ ਬੜੀ ਲੜਾਈ ਸਮੁੰਦ ਖਾਂ ਦੇ ਨਾਲ ਕੀਤੀ। ਸੋਨ ਸ਼ਹਿਰ ਵੜਨ ਨਾ ਦੇ, ਪਰ ਮਰਾਠਿਆਂ ਨੂੰ ਸਮੁੰਦ ਖਾਂ ਨੇ ਸ਼ਹਿਰ ਚ ਨਹੀਂ ਵੜਨ ਦਿੱਤਾ, ਬੜਾ ਡਟ ਕੇ ਮੁਕਾਬਲਾ ਕੀਤਾ। ਬਹੁਤ ਦਿਨ ਲੜੇ ਸੋ ਫਿੱਕੇ ਪੈ, ਬੜੇ ਦਿਨ ਮਰਾਠੇ ਲੜਦੇ ਰਹੇ ਪਰ ਮਰਾਠੇ ਫਿੱਕੇ ਪੈ ਗਏ, ਭਾਵ ਮਰਾਠਿਆਂ ਦਾ ਜ਼ੋਰ ਨਹੀਂ ਚੱਲਿਆ। ਦੀਨ ਬੇਗ ਯੋ ਵਜ਼ੀਰੈ ਕਯੋ, ਔਰ ਦੀਨ ਬੇਗ ਸੀ ਜਿਹੜਾ ਉਹਨੇ ਵਜ਼ੀਰ ਨੂੰ ਕਿਹਾ, ਬਿਨਾ ਸਿੰਘਨ ਮਰਤੋ ਨੈ ਐਹੋ, ਉਹਨੇ ਆਖਿਆ ਸਿੰਘਾਂ ਤੋਂ ਬਿਨਾ ਸਮੁੰਦ ਖਾਂ ਨਹੀਂ ਮਰ ਸਕਦਾ। ਵਜ਼ੀਰ ਕਹੀ ਤੇ ਟਕੇ ਲੈ ਆਓ, ਤੇ ਵਜ਼ੀਰ ਗਾਜਦੀਨ ਕਹਿਣ ਲੱਗਾ ਫਿਰ ਸਿੱਖਾਂ ਨੂੰ ਪੈਸਾ ਦਿਓ ਤੇ ਉਹਨਾਂ ਨੂੰ ਲੈ ਆਓ, ਤੇ ਜੇ ਉਹ ਸਰਹੰਦ ਫਤਿਹ ਕਰਦੇ ਨੇ ਤੇ ਆਪਾਂ ਉਹਨਾਂ ਤੋਂ ਫਤਿਹ ਕਰਵਾ ਲਈਏ। ਸਿੰਘਣ ਸੇਤੀ ਬਾਤ ਬਣਾਓ, ਸਿੰਘਾਂ ਤੋਂ ਕੰਮ ਬਣਦਾ ਹੋਵੇ ਸਰਹੰਦ ਸ਼ਹਿਰ ਦਾ ਤਾਂ ਕਰਵਾ ਲਓ ਮੋਰਚਾ ਫਤਿਹ। ਦੀਨਾ ਬੇਗ ਸਦੀ ਕੋ ਭਜਾਇਓ, ਦੀਨਾ ਬੇਗ ਕੋਲ ਸਦੀਕੇ ਨੂੰ ਭੇਜਿਆ ਗਾਜਦੀਨ ਨੇ। ਸੋ ਸਿੰਘਣ ਕੋ ਲੈ ਕੇ ਆਇਓ, ਉਹ ਸਿੰਘਾਂ ਨੂੰ ਲੈ ਕੇ ਆ ਗਿਆ, ਕਿਉਂਕਿ ਦੀਨਾ ਬੇਗ ਵੀ ਮੁਗਲ ਸੀ ਤੇ ਗਾਜਦੀਨ ਵੀ ਮੁਗਲ ਸੀ। ਹੁਣ ਮੁਗਲਾਂ ਨੇ ਸਿੱਖਾਂ ਦੀ ਵੋਟ ਲਈ ਪਠਾਣਾਂ ਦੇ ਨਾਲ ਲੜਨ ਵਾਸਤੇ। ਸਿੰਘਨ ਕਹਿਓ ਹਮ ਟਕੇ ਨਾ ਲੈਵੈ, ਸਿੰਘ ਕਹਿਣ ਲੱਗੇ ਅਸੀਂ ਤੁਹਾਡੇ ਤੋਂ ਬੱਝਵੇਂ ਪੈਸੇ ਨਹੀਂ ਲੈਣੇ, ਯਾਨੀ ਸਰਹੰਦ ਫਤਿਹ ਕਰਨ ਦੇ ਅਸੀਂ ਲੱਖ ਦੋ ਲੱਖ ਰੁਪਈਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਲੈ ਲਓ ਉਹ ਨਹੀਂ ਲੈਣਾ। ਹਾਂਜੀ, ਗਿਲਜਨ ਕੋ ਹਮ ਮਾਰ ਗਿਰੇਵੇਂ, ਸਮੁੰਦ ਖਾਂ ਨੂੰ ਅਸੀਂ ਮਾਰ ਦਿਆਂਗੇ ਪਰ ਉਸ ਤੋਂ ਬਾਅਦ ਸਾਡੀ ਵੀ ਕੋਈ ਸ਼ਰਤ ਹੈ, ਅਸੀਂ ਸਰਹੰਦ ਸ਼ਹਿਰ ਉਜਾੜਾਂਗੇ। ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਵਚਨ ਸੀ ਕਿ ਸਾਹਿਬਜ਼ਾਦਿਆਂ ਦਾ ਬਦਲਾ ਪੰਥ ਲਵੇਗਾ, ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਬਾਬੇ ਬੰਦੇ ਬਹਾਦਰ ਨੇ 1710 ਵਿੱਚ ਕਾਫੀ ਕੰਮ ਕੀਤਾ, ਪਰ ਜਦੋਂ ਬਾਬੇ ਬੰਦੇ ਬਹਾਦਰ ਦੇ ਮਨ 'ਚ ਆ ਗਿਆ ਨਾ ਵੀ ਸ਼ਹਿਰ ਨਾ ਉਜਾੜੀਏ, ਥੋੜ੍ਹਾ ਜਿਹਾ ਰੱਖ ਲਿਆ, ਥੋੜ੍ਹਾ ਜਿਹਾ ਸ਼ਹਿਰ ਬਾਬੇ ਬੰਦੇ ਬਹਾਦਰ ਦੇ ਸਮੇਂ ਬਚ ਗਿਆ ਸੀਗਾ। ਪਰ ਸਿੰਘਾਂ ਨੂੰ ਇੱਕ ਰੜਕ ਸੀਗੀ ਵੀ ਅਸੀਂ ਇੱਕ ਦਿਨ ਆਵੇਗਾ ਜਦੋਂ ਸਰਹੰਦ ਦਾ ਨਾਮੋ ਨਿਸ਼ਾਨ ਦੁਨੀਆਂ ਤੋਂ ਖਤਮ ਕਰ ਦਿਆਂਗੇ, ਅਤੇ ਉਹ ਸਿੰਘ ਕਹਿੰਦੇ ਆ ਵੀ ਅਸੀਂ ਸਰਹੰਦ ਨੂੰ ਲੁੱਟਣ ਦੇ ਪੈਸੇ ਨਹੀਂ ਲਵਾਂਗੇ, ਜੋ ਲੁੱਟਮਾਰ ਹੋਈ ਉਹ ਹੀ ਸਾਡਾ ਬੜਾ। ਉਹਨਾਂ ਨੂੰ ਇਹ ਪਤਾ ਸੀ ਵੀ ਸਰਹੰਦ ਵਿੱਚ ਕਈ ਕਰੋੜਾਂ ਦੀ ਲੁੱਟ ਹੋਣੀ ਹੈ, ਲੱਖ ਦੋ ਲੱਖ ਨਾਲ ਕੀ ਬਣਦਾ ਹੈ। ਇਸ ਕਰਕੇ ਸਿੰਘ ਕਹਿੰਦੇ ਆ ਵੀ ਅਸੀਂ ਪੈਸੇ ਨਹੀਂ ਲਵਾਂਗੇ, ਸ਼ਹਿਰ ਲੁੱਟਾਂਗੇ। ਜੋ ਸਿੰਘਣ ਸੋ ਸ਼ਹਿਰ ਲੁੱਟਾਵੋ, ਜੇ ਤੁਸੀਂ ਸਾਨੂੰ ਲੁੱਟ ਮਾਫ ਕਰ ਦਿਓ ਸ਼ਹਿਰ ਦੀ, ਤੋ ਸਿੰਘਣ ਕੋ ਤੁਰਤ ਕਢਾਵੋ, ਅਸੀਂ ਸਿੰਘਾਂ ਦੀ ਫੌਜ ਲੈ ਕੇ ਆ ਜਾਂਦੇ ਹਾਂ, ਜਥੇਦਾਰਾਂ ਨੇ ਆਖਿਆ। ਦੋਹਰਾ ਸ਼ੇਰ ਤਬੈ ਤੁਰਤ ਮਾਰੀਏ, ਜੋ ਦੈ ਬੇਲੇ ਕਿਉਂ ਫੂਗਾ, ਕਹਿੰਦੇ ਸ਼ੇਰ ਮਾਰਨਾ ਹੋਵੇ ਤੇ ਜੰਗਲ ਨੂੰ ਅੱਗ ਲਾ ਦਿਓ, ਫਿਰ ਸ਼ੇਰ ਆਪੇ ਹੀ ਮਰ ਜਾਂਦਾ। ਕਹਿਣ ਦਾ ਮਤਲਬ ਸਿੰਘਾਂ ਦਾ ਸੀ ਵੀ ਅਸੀਂ ਸਰਹੰਦ ਨੂੰ ਉਜਾੜਾਂਗੇ ਤੇ ਮੁੜ ਕੇ ਸਮੁੰਦ ਖਾਂ ਕੀ ਤੇ ਦੂਜਾ ਕਿਹੜਾ ਇੱਥੇ ਰਹਿਣ ਹੀ ਨਹੀਂ ਦੇਣਾ ਗੁਰੂ ਕੇ ਸ਼ਹੀਦਾਂ ਦੀ ਧਰਤੀ ਤੇ। ਹਾਂਜੀ, ਕਿਲਾ ਟੁੱਟ ਹੈ ਤਬ ਚਬੈ, ਜਬ ਸ਼ਹਿਰ ਪਰਤ ਹੈ ਲੂਕ, ਜਦੋਂ ਸ਼ਹਿਰ ਚ ਲੁੱਟ ਪੈਂਦੀ ਉਦੋਂ ਕਿਲੇ ਵੀ ਖਤਮ ਹੋ ਜਾਂਦੇ ਹੈ। ਇਹ ਸਿੰਘਾਂ ਨੇ ਗੁਰਮਤਾ ਕੀਤਾ, ਹੁਣ ਸਰਹੰਦ ਨੂੰ ਫਤਿਹ ਕਰਨ ਲਈ ਫਿਰ ਖਾਲਸੇ ਦਾ ਦਲ ਚੜਿਆ। ਇਹ 2-3 ਵਾਰੀ ਸਾਧ ਸੰਗਤ ਦੀ ਲੜਾਈਆਂ ਸਰਹੰਦ ਚ ਹੋਈਆਂ, ਇੱਕ ਵਾਰੀ ਬੰਦੇ ਬਹਾਦਰ ਦੇ ਟਾਈਮ ਤੇ, ਇੱਕ ਵਾਰੀ ਆਹ ਜਿਹੜੀ ਲੜਾਈ ਹੈ। ਇਸ ਤੋਂ ਬਾਅਦ ਜੈਨ ਖਾਂ ਨੂੰ ਮਾਰ ਕੇ ਸਿੱਖਾਂ ਨੇ ਬਿਲਕੁਲ ਹੀ ਸਾਫ਼ ਕਰ ਦੇਣਾ ਸਰਹੰਦ ਨੂੰ। ਉਸ ਤੋਂ ਬਾਅਦ ਫਿਰ ਤੁਰਕਾਂ ਦਾ ਸਰਹੰਦ ਵਿੱਚ ਕਬਜ਼ਾ ਨਹੀਂ ਹੋਣਾ ਪਾਇਆ। ਸੋ ਇਹ ਅੱਗੇ ਚੱਲ ਕੇ ਕਥਾ ਆਪਾਂ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ।